शहर में तो आपकी बहुत अच्छी पकड़ बनी रही, लेकिन गांव तक आप नहीं पहुंच पाए। ये वोट शेयर शहरों के इंप्रूव होया, उत्थे पिंडां दे विच भी कुछ ना कुछ असीं इंप्रूव होए हैगे। सो मैं समझदा कि हौली हौली ये चीज़ां जिहड़ियां है वो लोगों नूं समझ आ रही हैं। तो आगे नगर निगम जिहड़े चोन भी आ सकते ने, उहदे वास्ते की तैयारी होगी बीजेपी की? ਭਗਵੰਤ ਮਾਨ ਜੀ ਜਿਹੜੇ ਕਿ ਬੜੇ ਛਾਤੀ ਠੋਕ ਕੇ ਕਹਿ ਰਹੇ ਸੀ ਕਿ 13-0 ਲੈ ਕੇ ਆਉਣੀ ਹੈ, ਉਹ 3 ਸੀਟਾਂ ਵੀ ਬੜੀ ਮੁਸ਼ਕਲ ਨਾਲ ਉਹ ਜਿੱਤ ਪਾਏ ਨੇ। ਸਿੰਧੇ ਸਾਹਿਬ ਉਹਨਾਂ ਨੇ ਇੱਕ ਬਿਆਨ ਦਿੱਤਾ ਇੱਕ ਪ੍ਰੋਗਰਾਮ 'ਚ ਕਿ 400 ਪਾਰ ਦਾ ਨਾਰਾ ਔਰ ਜਿਹੜਾ ਸੰਵਿਧਾਨ ਚੇਂਜ ਕਰਨ ਨੂੰ ਗੱਲ ਲੈ ਕੇ ਸਾਨੂੰ ਨੁਕਸਾਨ ਹੋਇਆ ਹੈ, ਕਿੱਥੇ ਤੱਕ ਇਹ ਗੱਲ ਸਹੀ ਹੈ? ਭਾਰਤ ਦੀ ਅਗਰ ਸਰਕਾਰ ਮਜ਼ਬੂਤ ਹੋਏਗੀ ਤਾਂ ਹੀ ਇਸ ਦੇਸ਼ ਦੀ ਆਰਥਿਕ ਸ਼ਕਤੀ ਜਿਹੜੀ ਹੈ, ਅਰਥ ਵਿਵਸਥਾ ਹੈ, ਉਹ ਮਜ਼ਬੂਤ ਹੋਏਗੀ। 2 ਮੰਤਰਾਲਾ ਦਿੱਤੇ ਗਏ, ਰੇਲ ਵੀ ਦਿੱਤੀ ਗਈ ਅਤੇ ਫੂਡ ਪ੍ਰੋਸੈਸਿੰਗ ਦਿੱਤਾ ਗਿਆ। ਕੀ ਲੱਗ ਰਿਹਾ ਤੁਹਾਨੂੰ ਕਿ ਪੰਜਾਬ ਵਾਸਤੇ ਕਿੰਨਾ ਵੱਡਾ ਫਾਇਦਾ ਲੈ ਕੇ ਬਿੱਟੂ ਜੀ ਆਉਣਗੇ? ਸਾਡੇ ਵਾਸਤੇ ਜਿੱਥੇ ਅਫਸਰ ਹੈ, ਸਾਡੇ ਵਾਸਤੇ ਜਿੱਥੇ ਖੁਸ਼ੀ ਹੈ, ਉੱਥੇ ਸਾਡੇ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਵੀ ਹੈ ਕਿ ਪੰਜਾਬ ਦੇ ਜਿਹੜੇ ਮੂਲ ਕੰਮ ਨੇ ਕੇਂਦਰ ਸਰਕਾਰ ਦੁਆਰਾ ਹੋਣ ਵਾਲੇ, ਉਹਨਾਂ ਨੂੰ ਅਸੀਂ ਨਵੇਰੇ ਚਾੜੀਏ। लोक सभा इलेक्शन में जहां बीजेपी का वोटिंग परसेंटेज बढ़ा है, वहीं कई पार्टियों के जो परसेंटेज है वो डाउन हो गई है। इसको भी लेके कई पार्टी मंथन में लगी हैं। वही आज हम बात करेंगे, हमारे साथ भाजपा के वरिष्ठ नेता जीवन गुप्ता जी हैं, उनसे बात करेंगे कि लुधियाना से रवनीत सिंह बिट्टू लोकसभा हार गए थे, लेकिन उनको जो शहरी वोट थी बहुत ज़्यादा हुई है, पिंडों में हारे, कारण इसका क्या रहा है, वो पूरे मुद्दे पर उनसे हम बात करेंगे। सर नमस्कार जी, सत जी, क्या कहेंगे गुप्ता जी कि शहर में तो आपकी बहुत अच्छी पकड़ बनी रही लेकिन गांव तक आप नहीं पहुंच पाए? देखो इस तरह है कि बीजेपी बहुत लंबे समय श्रोमणी अकाली दल नाल इलैक्शन लड़ती रही है और ज़्यादातर जिहड़ा पेंडू खेतर सीगा उहदे विच श्रोमणी अकाली दल ही चुनाव लड़ता सीगा और असी लगभग शहरी खेतर दे विच चोणां लड़दे सीगे और हुण जदों अलग हो के 2022 तो बाद भाजपा कल्ले तौर पर पंजाब च इलैक्शन लड़न लगी है तो पिंडां दे विच थोड़ा साढ़े भाजपा के प्रति कई तरह के भ्रम भी पैदा किए हुए हैं और कई तरह दी नैगटिविटी भी भाजपा के प्रति फैलाईआं हुई हैं। पर मैं समझदा कि जिस तरह तुसीं जिक्र किया कि पंजाब भाजपा का जिहड़ा वोट शेयर है वह पहलां नालों इंप्रूव होया हैगा और जिथे ਇਹ ਵੋਟ ਸ਼ੇਅਰ ਸ਼ਹਿਰਾਂ ਦੇ ਵਿੱਚ ਇੰਪਰੂਵ ਹੋਇਆ, ਉੱਥੇ ਪਿੰਡਾਂ ਦੇ ਵਿੱਚ ਵੀ ਕੁਛ ਨਾ ਕੁਛ ਅਸੀਂ ਇੰਪਰੂਵ ਹੋਏ ਹੈਗੇ ਹਾਂ। ਸੋ ਮੈਂ ਸਮਝਦਾ ਕਿ ਹੌਲੀ ਹੌਲੀ ਇਹ ਚੀਜ਼ਾਂ ਜਿਹੜੀਆਂ ਹੈ ਉਹ ਲੋਕਾਂ ਨੂੰ ਸਮਝ ਆ ਰਹੀਆਂ ਔਰ ਪਾਰਟੀ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਅੱਗੇ ਵਧਾ ਰਹੀ ਹੈ ਔਰ ਖਾਸ ਕਰਕੇ ਉਹ ਪੰਜਾਬ ਦਾ ਉਹ ਖੇਤਰ ਜਾਂ ਉਹ ਖਿੱਤਾ ਜਿੱਥੇ ਅਸੀਂ ਅਜੇ ਬਹੁਤ ਘੱਟ ਹੈ, ਉੱਥੇ ਵੀ ਭਾਜਪਾ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਵੱਡੇ ਪੱਧਰ 'ਤੇ ਮਜ਼ਬੂਤ ਹੋ ਕੇ ਅੱਗੇ ਆਏਗੀ। ਵੋਟਿੰਗ ਜਿਹੜੀ ਪਰਸੈਂਟੇਜ ਬੜੀ ਹੈ ਤੁਹਾਡੀ, ਬੀਜੇਪੀ ਗਰਜ ਤੋਂ ਕਾਫੀ ਖੁਸ਼ੀ ਦੀ ਲਹਿਰ ਹੈ ਔਰ ਲੋਕ ਵੀ ਕਾਫੀ ਖੁਸ਼ ਨੇ ਕਿ ਬੀਜੇਪੀ ਇਕੱਲੇ ਜਿਹੜਾ ਚੁਣਾਵ ਲੜੀ ਪੰਜਾਬ 'ਚ ਔਰ ਪਰਸੈਂਟੇਜ ਜ਼ਿਆਦਾ ਲੈ ਆਈ। ਤੋ ਅੱਗੇ ਨਗਰ ਨਿਗਮ ਜਿਹੜੇ ਚੋਣ ਵੀ ਆ ਸਕਦੇ ਨੇ, ਉਹਦੇ ਵਾਸਤੇ ਕੀ ਤਿਆਰੀ ਹੋ ਗਈ ਬੀਜੇਪੀ ਦੀ? ਦੇਖੋ ਅਸੀਂ ਤਾਂ ਨਗਰ ਨਿਗਮ ਦੀ ਚੋਣ ਜਿਹੜੀ ਆ ਉਹ ਪਿਛਲੇ 1 ਸਾਲ ਤੋਂ ਲਗਭਗ ਪੂਰੀ ਤਿਆਰੀ ਕੀਤੀ ਹੋਈ ਹੈ। ਜਿਹੜੀਆਂ ਵੀ ਨਗਰ ਨਿਗਮਾਂ ਦੇ ਚੋਣ ਹੋਣੇ ਆ ਉਹਦੇ ਤਾਂ ਬਕਾਇਦਾ ਪਾਰਟੀ ਨੇ ਜੋ ਯੋਜਨਾ ਚੋਣ ਲੜਨ ਦੀ ਹੁੰਦੀ ਹੈ ਉਹਦੇ ਮੁਤਾਬਕ ਅਸੀਂ ਉਹਦੇ ਇੰਚਾਰਜ ਵੀ ਨਿਯੁਕਤ ਕੀਤੇ ਹੋਏ ਨੇ ਔਰ ਲਗਾਤਾਰ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਉੱਥੇ ਮੂਵਮੈਂਟ ਵੀ ਕੀਤੀ।
ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਚੋਣ ਲੜਨ ਤੋਂ ਡਰਦੀ ਹੈ ਕਾਰਪੋਰੇਸ਼ਨ ਦੀ। ਕਾਰਨ ਕੀ ਹੈ? ਦੇਖੋ ਸ਼ਹਿਰਾਂ ਦੇ ਵਿੱਚ ਜੋ ਹਾਲ ਹੁਣ ਇਸ ਆਮ ਆਦਮੀ ਪਾਰਟੀ ਦਾ ਹੋਇਆ ਹੈ, ਸ਼ਹਿਰਾਂ ਦੇ ਵਿੱਚ ਨਹੀਂ ਪੰਜਾਬ ਦੇ ਪੂਰੇ ਖੇਤਰ ਦੇ ਵਿੱਚ ਇਹ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫੇਲ ਨਜ਼ਰ ਆਈ ਹੈ। ਭਗਵੰਤ ਮਾਨ ਜੀ ਜਿਹੜੇ ਕਿ ਬੜੇ ਛਾਤੀ ਠੋਕ ਕੇ ਕਹਿ ਰਹੇ ਸੀ ਕਿ 13-0 ਲੈ ਕੇ ਆਉਣੀ ਹੈ, ਉਹ 3 ਸੀਟਾਂ ਵੀ ਬੜੀ ਮੁਸ਼ਕਲ ਨਾਲ ਉਹ ਜਿੱਤ ਪਾਏ ਨੇ। ਔਰ ਮੈਂ ਸਮਝਦਾ ਕਿ ਲੋਕਾਂ ਨੇ ਇਸ ਸਰਕਾਰ ਦੇ ਖਿਲਾਫ ਫਤਵਾ ਦਿੱਤਾ ਹੈਗਾ, ਔਰ ਸਰਕਾਰ ਜਿਹੜੀ ਹੈ ਉਹ ਟੋਟਲ ਉਹਨਾਂ ਦਾ ਜਿਹੜਾ 2.5 ਸਾਲ ਦਾ ਜਾਂ 2.25 ਸਾਲ ਦਾ ਜਿਹੜਾ ਪੀਰੀਅਡ ਹੈ ਉਹ ਫੇਲ ਸਾਬਤ ਹੋਇਆ ਹੈਗਾ। ਸੋ ਇਸ ਕਰਕੇ ਲੋਕ ਉੱਭ ਚੁੱਕੇ ਹੈ ਔਰ ਹੁਣ ਲੋਕ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਹੈਗੇ। ਸ਼ਹਿਰਾਂ ਦੇ ਵਿੱਚ ਤਾਂ ਬਹੁਤ ਬੁਰੀ ਤਰ੍ਹਾਂ ਆਮ ਆਦਮੀ ਜਿਹੜੀ ਹੈ ਉਹ ਪਿਛੜੀ ਹੈ। ਸੋ ਇਸ ਕਰਕੇ ਉਹਨਾਂ ਦੀ ਹਿੰਮਤ ਹੀ ਨਹੀਂ ਪੈ ਰਹੀ ਕਿ ਉਹ ਕਾਰਪੋਰੇਸ਼ਨ ਦੀਆਂ ਚੋਣਾਂ ਕਰਵਾ ਸਕੇ। ਇਸ ਕਰਕੇ ਮੈਂ ਸਮਝਦਾ ਕਿ ਉਹਨਾਂ ਨੂੰ ਡਰ ਲੱਗ ਰਿਹਾ ਜੀ। ਇੱਕ ਚੀਜ਼ ਅੱਜ ਮੈਂ ਵੀ ਇੱਕ ਬਿਆਨ ਸੁਣ ਰਿਹਾ ਤੁਹਾਡੇ ਗਰੁੱਪ ਦੇ ਨੇ ਸਿੰਧੇ ਸਾਹਿਬ, ਉਹਨਾਂ ਨੇ ਇੱਕ ਬਿਆਨ ਦਿੱਤਾ ਇੱਕ ਪ੍ਰੋਗਰਾਮ 'ਚ ਕਿ 400 ਪਾਰ ਦਾ ਨਾਰਾ ਔਰ ਜਿਹੜਾ ਸੰਵਿਧਾਨ ਚੇਂਜ ਕਰਨ ਨੂੰ ਗੱਲ ਲੈ ਕੇ ਸਾਨੂੰ ਨੁਕਸਾਨ ਹੋਇਆ ਹੈ, ਕਿੱਥੇ ਤੱਕ ਇਹ ਗੱਲ ਸਹੀ ਹੈ? ਦੇਖੋ ਸਾਡੀ ਪਾਰਟੀ ਦਾ ਖਾਸ ਕਰਕੇ NDA ਔਰ ਭਾਰਤੀ ਜਨਤਾ ਪਾਰਟੀ ਜਿਹੜਾ ਕਿ ਪ੍ਰਮੁੱਖ ਰਾਜਨੀਤਿਕ ਘਟਕ ਦਲ ਹੈਗਾ NDA ਦਾ, ਉਹਦੇ ਵਿੱਚ ਮੋਦੀ ਜੀ ਔਰ ਸਾਡੀ ਭਾਜਪਾ ਦੀ ਪੂਰੀ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੈ ਉਹਨਾਂ ਨੇ ਇੱਕ ਯੋਜਨਾਬੰਦ ਤਰੀਕੇ ਦੇ ਨਾਲ 400 ਪਾਰ ਦੀ ਗੱਲ ਕੀਤੀ। ਉਹਦੇ ਪਿੱਛੇ ਮਨਸ਼ਾ ਕੀ ਸੀਗੀ? ਮੈਂ ਇਹ ਗੱਲ ਤੁਹਾਡੇ ਚੈਨਲ ਤੋਂ ਆਪਣੇ ਤੁਹਾਡੇ ਦਰਸ਼ਕਾਂ ਨੂੰ ਵੀ ਦੱਸਣੀ ਚਾਹੁੰਦਾ, ਦੇਸ਼ ਵਾਸੀਆਂ ਨੂੰ ਵੀ ਇਸ ਗੱਲ 'ਤੇ ਧਿਆਨ ਲੈਣਾ ਚਾਹੁੰਦਾ ਕਿ ਜਿੰਨੀ ਇਸ ਦੇਸ਼ ਦੀ ਸਰਕਾਰ ਮਜ਼ਬੂਤ ਹੋਏਗੀ ਉਨਾ ਸਾਡੇ ਪੂਰੇ ਦੇਸ਼ ਦੇ ਪੂਰੀ ਦੁਨੀਆ ਦੇ ਅੰਦਰ ਦੇਸ਼ ਜਿਹੜਾ ਹੈ ਉਹ ਮਜ਼ਬੂਤ ਹੋ ਕੇ ਨਿਕਲੇਗਾ। ਉਹ ਇੱਕ ਚੀਜ਼ ਤਾਂ ਫੋਕਸ ਉਹਨਾਂ ਨੇ ਕੀਤੀ 400 ਪਾਰ ਵਾਲੀ, ਉਹ ਦੂਸਰੀ ਗੱਲ ਹੋਰ ਵੀ ਕਹਿ ਰਹੇ ਨੇ। ਔਰ ਉਹਨਾਂ ਨੇ ਸਹੁੰ ਚੁੱਕਣ ਤੋਂ ਬਾਅਦ ਜਦੋਂ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਦੀ ਫਿਰ ਸਟੇਟਮੈਂਟ ਆਈ ਕਿ ਭਾਰਤ ਨੂੰ 5ਵੀਂ ਤੋਂ 3ਜੀ ਆਰਥਿਕ ਸ਼ਕਤੀ ਬਣਾਉਣਾ ਹੈਗਾ। ਸੋ ਭਾਰਤ ਦੀ ਅਗਰ ਸਰਕਾਰ ਮਜ਼ਬੂਤ ਹੋਏਗੀ ਤਾਂ ਹੀ ਇਸ ਦੇਸ਼ ਦੀ ਆਰਥਿਕ ਸ਼ਕਤੀ ਜਿਹੜੀ ਹੈ ਅਰਥ ਵਿਵਸਥਾ ਹੈ ਉਹ ਮਜ਼ਬੂਤ ਹੋਏਗੀ। ਸੋ ਇਹ ਗੱਲ ਸਮਝਣ ਦੀ ਲੋੜ ਹੈ। ਪਰ ਮੈਨੂੰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਇਸ ਦੇਸ਼ ਦੇ ਵਾਸੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਔਰ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ ਖਾਸ ਕਰਕੇ ਕਾਂਗਰਸ ਔਰ ਆਈ ਐਨ ਡੀ ਜਿਹੜਾ ਇਹਨਾਂ ਦਾ ਹੈ ਦਲ, ਉਹਦੇ ਜਿਹੜੇ ਘਟਕ ਦਲ ਨੇ, ਉਹਨਾਂ ਨੇ ਸਾਰਿਆਂ ਨੇ ਰਲ ਕੇ ਪੂਰੀ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ। ਜਿਸ ਸੰਵਿਧਾਨ ਨੂੰ ਉਹਨਾਂ ਨੇ ਬਦਲਣ ਦੀ ਗੱਲ ਕਹੀ ਹੈ ਉਸ ਸੰਵਿਧਾਨ ਨੂੰ ਤਾਂ ਇਹਨਾਂ ਸਾਰੀਆਂ ਪਾਰਟੀਆਂ ਨੇ ਬੜਾ ਮਿਲ ਕੇ ਉਹਦਾ ਰੇਪ ਕੀਤਾ। ਮੈਂ ਸਮਝਦਾ ਉਹਨੂੰ ਵਾਰ ਵਾਰ ਤੋੜਿਆ, ਕਿੰਨੀ ਵਾਰੀ ਕਾਂਗਰਸ ਨੇ ਜਦੋਂ ਮਜ਼ਬੂਤ ਸੀ ਉਹ ਦੇਸ਼ ਦੇ ਅੰਦਰ, ਕਿੰਨੀ ਵਾਰੀ ਉਹਨਾਂ ਨੇ ਪ੍ਰਦੇਸ਼ਾਂ ਦੇ ਅੰਦਰ 356 ਧਾਰਾ ਦਾ ਪ੍ਰਯੋਗ ਕਰਕੇ ਸਰਕਾਰਾਂ ਤੋੜੀਆਂ, ਇਸ ਤੋਂ ਇਲਾਵਾ ਅਨੇਕ ਲੋਕਤੰਤਰ ਨੂੰ ਦੀ ਹੱਤਿਆ ਕਰਨ ਦੇ ਕੰਮ ਐਮਰਜੈਂਸੀ ਲਗਾ ਕੇ ਕੀਤੀ ਉਹਨਾਂ ਨੇ। ਸੰਵਿਧਾਨ ਤਾਂ ਵਾਰ ਵਾਰ ਕਾਂਗਰਸ ਨੇ ਤੋੜਿਆ। ਸੋ ਮੈਂ ਸਮਝਦਾ ਕਿ ਉਹਨਾਂ ਨੇ ਹੁਣ ਜੋ ਇਹ ਗੱਲ ਛੱਡੀ ਔਰ ਕਿਤੇ ਨਾ ਕਿਤੇ ਉਹ ਥੱਲੇ ਭਰਮ ਪੈਦਾ ਕਰਦੀ ਰਹੀ ਕਿ ਸ਼ਾਇਦ ਬਈ 400 ਪਾਰ ਦੀ ਗੱਲ ਇਸ ਕਰਕੇ ਕਰਦੇ ਨੇ ਕਿ ਸੰਵਿਧਾਨ ਬਦਲਣ ਦੀ ਗੱਲ ਹੈ। ਸੰਵਿਧਾਨ ਨਾ ਇਸ ਦੇਸ਼ ਦਾ ਕੋਈ ਬਦਲ ਸਕਦਾ ਹੈ ਔਰ ਨਾ ਇਹ ਬਦਲਿਆ ਜਾ ਸਕਦਾ ਹੈ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਲਿਖਿਆ ਹੋਇਆ ਸੰਵਿਧਾਨ, ਜਿੱਦਣ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੀਜੀ ਵਾਰੀ ਉਹਨਾਂ ਨੂੰ ਨੇਤਾ ਦੇ ਰੂਪ 'ਚ NDA ਦਾ ਚੁਣਿਆ ਗਿਆ, ਉਹਨਾਂ ਨੇ ਸਭ ਤੋਂ ਪਹਿਲਾਂ ਸੰਵਿਧਾਨ ਨੂੰ ਮੱਥੇ 'ਤੇ ਲਾ ਕੇ ਇਹ ਲੋਕਾਂ ਨੂੰ ਵਿਸ਼ਵਾਸ ਦਿਲਾਉਣ ਦਾ ਕੰਮ ਕੀਤਾ ਕਿ ਕੁਛ ਨਹੀਂ ਬਦਲਿਆ ਜਾਏਗਾ। ਜੇ ਇਹ ਗੱਲ ਹੁੰਦੀ ਬਈ ਪਿਛਲੀ ਵਾਰੀ ਤਾਂ 303 ਸੀਟਾਂ ਸੀ BJP ਕੋਲ। ਇੱਕ ਦੇਸ਼ ਦੀ ਜਨਤਾ ਨੂੰ ਬੜੀ ਕਲੀਅਰ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਜੇ ਇੱਦਾਂ ਦੀ ਕੋਈ ਗੱਲ ਕਰਨੀ ਹੁੰਦੀ ਤਾਂ ਪਿਛਲੀ ਸਰਕਾਰ 'ਚ ਕਰ ਲੈਂਦੇ ਫਿਰ। ਸੋ ਇਹ ਕੇਵਲ ਬੇਮਾਨੀ ਗੱਲ ਹੈ। ਵਿਰੋਧੀ ਧਿਰ, ਬਿਲਕੁਲ ਵਿਰੋਧੀ ਧਿਰ ਜਿਹੜੀ ਹੈਗੀ ਹੈ ਉਹ ਇਹਨਾਂ ਗੱਲਾਂ ਕਰਕੇ ਇਸ ਦੇਸ਼ 'ਤੇ ਰਾਜ ਕਰਦੀ ਰਹੀ, ਪਰ ਉਹ ਹੁਣ ਕਾਮਯਾਬ ਨਹੀਂ ਹੋ ਸਕੀ। ਉਹ ਹੁਣ ਵੀ ਦੇਸ਼ ਦੀ ਜਨਤਾ ਨੇ ਇਹਨੂੰ ਨਕਾਰਿਆ,
ਔਰ ਤੁਸੀਂ ਦੇਖੋ ਕਿ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ 99 ਸੀਟਾਂ ਨੜਿਨਵੇਂ ਸੀਟਾਂ ਹਾਂ ਅੱਜ ਇੱਕ ਸਰਕਾਰ ਜਿਹੜੀ ਲਗਾਤਾਰ 10 ਸਾਲ ਤੋਂ ਇਸ ਦੇਸ਼ ਦੇ ਵਿੱਚ ਸੇਵਾ ਕਰ ਰਹੀ ਹੈ ਔਰ ਕੋਈ ਐਂਟੀ ਇਨਕੰਬੈਂਸੀ ਨਹੀਂ ਇਸ ਸਰਕਾਰ ਦੇ ਖਿਲਾਫ਼ ਕੋਈ ਐਸੀ ਗੱਲ ਨਹੀਂ ਕਿ ਕਿਸੇ ਦੇਸ਼ ਦੇ ਬੰਦੇ ਨੂੰ ਉਹਨਾਂ ਦੇ ਉਂਗਲ ਖੜਾ ਕਰਨ ਦਾ ਮੌਕਾ ਮਿਲੇ ਔਰ ਉਹਨਾਂ ਨੇ ਇੱਦਾਂ ਦੇ ਭਰਮ ਫੈਲਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਹੈਗਾ ਸੋ ਮੈਂ ਸਮਝਦਾ ਕਿ ਅੱਜ ਵੀ ਵਿਰੋਧੀ ਧਿਰ ਕੋਲ ਖਾਸ ਕਰਕੇ ਕਾਂਗਰਸ ਕੋਲ ਭਾਜਪਾ ਦੇ ਖਿਲਾਫ਼ ਕਹਿਣ ਨੂੰ ਕੁਛ ਨਹੀਂ NDA ਦੇ ਖਿਲਾਫ਼ ਕਹਿਣ ਨੂੰ ਕੁਛ ਨਹੀਂ ਹੈ ਬਿਲਕੁਲ ਠੀਕ ਹੈ ਗੁਪਤਾ ਜੀ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਬਣਾਇਆ ਗਿਆ ਦੋ ਮੰਤਰਾਲਾ ਦਿੱਤੇ ਗਏ ਰੇਲ ਵੀ ਦਿੱਤੀ ਗਈ ਅਤੇ ਫੂਡ ਪ੍ਰੋਸੈਸਿੰਗ ਦਿੱਤਾ ਗਿਆ ਕੀ ਲੱਗਦਾ ਤੁਹਾਨੂੰ ਕਿ ਪੰਜਾਬ ਵਾਸਤੇ ਕਿੰਨਾ ਵੱਡਾ ਫਾਇਦਾ ਲੈ ਕੇ ਬਿੱਟੂ ਜੀ ਆਉਣਗੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਦਾ ਔਰ ਭਾਜਪਾ ਹਾਈਕਮਾਂਡ ਦਾ ਤੈਅ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਰਾਜ ਮੰਤਰੀ ਦੇ ਤੌਰ 'ਤੇ ਉਹਨਾਂ ਨੂੰ ਸ਼ਪਥ ਦਿਲਵਾਈ ਹੈ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਕਿਉਂਕਿ ਇਹਦੇ ਵਿੱਚ ਬੜੀਆਂ ਦੋ ਇੰਪੋਰਟੈਂਟ ਗੱਲਾਂ ਹੈ ਬੇਸ਼ੱਕ ਅਸੀਂ ਪੰਜਾਬ 'ਚ ਕੋਈ ਲੋਕ ਸਭਾ ਦਾ ਮੈਂਬਰ ਨਹੀਂ ਦੇ ਸਕੇ ਉਹਦੇ ਬਾਵਜੂਦ ਵੀ ਸਾਡੀ ਹਾਈਕਮਾਂਡ ਨੇ ਪੰਜਾਬ ਨੂੰ ਰੀਪ੍ਰਜੈਂਟੇਸ਼ਨ ਦਿੱਤੀ ਹੈ ਪੰਜਾਬ ਨੂੰ ਵੀ ਦਿੱਤੀ ਹੈ ਔਰ ਲੁਧਿਆਣੇ ਨੂੰ ਵਿਸ਼ੇਸ਼ ਕਰਕੇ ਕਿਉਂਕਿ ਲੁਧਿਆਣੇ ਤੋਂ ਉਹਨਾਂ ਨੇ ਚੋਣ ਲੜੀ ਹੈ ਤਾਂ ਲੁਧਿਆਣੇ ਨੂੰ ਵੀ ਮੈਂ ਸਮਝਦਾ ਕਿ ਵਿਸ਼ੇਸ਼ ਇੱਕ ਸਾਨੂੰ ਸਪੋਰਟ ਮਿਲੀ ਹੈਗੀ ਹੈ ਔਰ ਬੜੇ ਕੰਮ ਹੈ ਜਿਹੜੇ ਲੁਧਿਆਣੇ ਦੇ ਵਿੱਚ ਵੀ ਹੋਣ ਵਾਲੇ ਆ ਔਰ ਪੰਜਾਬ ਦੇ ਵਿੱਚ ਵੀ ਹੋਣ ਵਾਲੇ ਆ ਸਾਡੇ ਵਾਸਤੇ ਜਿੱਥੇ ਅਵਸਰ ਹੈ ਸਾਡੇ ਵਾਸਤੇ ਜਿੱਥੇ ਖੁਸ਼ੀ ਹੈ ਉੱਥੇ ਸਾਡੇ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਵੀ ਹੈ ਕਿ ਪੰਜਾਬ ਦੇ ਜਿਹੜੇ ਮੂਲ ਕੰਮ ਨੇ ਕੇਂਦਰ ਸਰਕਾਰ ਦੁਆਰਾ ਹੋਣ ਵਾਲੇ ਉਹਨਾਂ ਨੂੰ ਅਸੀਂ ਨਵੇਰੇ ਚਾੜੀਏ ਉਹਨਾਂ ਨੂੰ ਪੂਰਾ ਕਰੀਏ ਔਰ ਲੋਕਾਂ ਦੀਆਂ ਆਸ਼ਾਵਾਂ ਦੇ ਪੂਰਨ ਉਤਰੀਏ ਕਿਉਂਕਿ ਇਹ ਮੌਕਾ ਹੁਣ ਸਾਡੇ ਕੋਲ ਕਿ ਪੰਜਾਬ ਦੇ ਵਿੱਚ ਜਿਹੜੀ ਇੱਕ ਆਸ਼ਾ 18-19% 18.5% ਵੋਟਰਾਂ ਨੇ ਭਾਜਪਾ ਤੋਂ ਰੱਖੀ ਹੈ ਆਸ਼ਾ ਉਹਨੂੰ ਅਸੀਂ ਡਬਲ 'ਤੇ ਲੈ ਕੇ ਜਾਣਾ ਉਹਨੂੰ ਦੁੱਗਣੇ 'ਤੇ ਲੈ ਕੇ ਜਾਣਾ ਤਾਂ ਕਿ ਉਹ 18.5% 'ਤੇ ਤਾਂ ਖਰਾ ਉਤਰਨਾ ਐਸੇ 18-20% ਵੋਟਰ ਹੋਰ ਸਾਡੇ ਨਾਲ ਜੁੜਨ ਤਾਂ ਕਿ 2027 ਦੀ ਜਦੋਂ ਵਿਧਾਨ ਸਭਾ ਚੋਣ ਹੋਣੀ ਹੈ ਅਤੇ ਪੰਜਾਬ ਨੂੰ ਖੁੱਲ੍ਹ ਕੇ ਇਸ ਪੰਜਾਬੀ ਜਿਹੜੇ ਨੇ ਉਹ ਭਾਜਪਾ ਨੂੰ ਸਮਰਥਨ ਕਰਨ ਇੱਥੇ ਭਾਜਪਾ ਦੀ ਸਰਕਾਰ ਬਣੇ ਬਿੱਟੂ ਨੂੰ ਮੰਤਰੀ ਬਣਾਉਣ ਦਾ ਇੱਕ ਇਹ ਵੀ ਮਕਸਦ ਸੀਗਾ ਇਹ ਤਾਂ ਨਹੀਂ ਇਹ ਕਿ ਬਿੱਟੂ ਕੇ ਸਾਰੇ ਉਹ ਮਸਲੇ ਹੱਲ ਕਰਨ ਦੇ ਸੰਕੇਤ ਦਿੱਤੇ ਹੋਣ ਸਰ BJP ਵੱਲੋਂ ਕਿਸਾਨਾਂ ਦੀ ਜਿਹੜੀ ਦੇਖੋ ਗੱਲ ਹੈਗੀ ਹੈ ਇਸ ਇਹ ਬੜੀ ਸਪਸ਼ਟ ਔਰ ਕਲੀਅਰ ਹੈ ਕਿ ਮੈਂ ਸਮਝਦਾ ਕਿ ਕਿਸਾਨ ਵੀ ਹੁਣ ਸਾਡੇ ਪੰਜਾਬ ਦੇ ਜਿਹੜੇ ਕੁਛ ਕਿਸਾਨ ਲੀਡਰ ਨੇ ਉਹ ਸਾਡੇ ਪੰਜਾਬ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੇ ਉਹਨਾਂ ਨੂੰ ਵੀ ਬੈਠ ਕੇ ਸਾਡੀ ਕਿਸਾਨੀ ਕਿੱਦਾਂ ਵਧੀਆ ਹੋ ਸਕਦੀ ਹੈ ਪੰਜਾਬ ਦੇ ਵਿੱਚ ਹਰ ਕਿਸਾਨ ਖੁਸ਼ੀ ਖੁਸ਼ੀ ਇਸ ਖੇਤੀ ਦੇ ਕਿੱਤੇ ਨੂੰ ਅਪਣਾਏ ਔਰ ਉਹਦੇ ਨਾਲ ਨਾਲ ਅਸੀਂ ਹੋਰ ਖੇਤੀ ਦੀ ਆਮਦਨ ਕਿੱਦਾਂ ਵਧਾ ਸਕਦੇ ਹਾਂ ਉਹਦੇ 'ਤੇ ਬੈਠ ਕੇ ਸਾਨੂੰ ਵਰਕ ਕਰਨਾ ਚਾਹੀਦਾ ਧਰਨਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈਗਾ ਧਰਨੇ ਦੇ ਵਿੱਚ ਦੇਖੋ ਨੁਕਸਾਨ ਵੀ ਹੁੰਦੇ ਨੇ ਪਬਲਿਕ ਤਾਂ ਪੰਜਾਬ ਦੀ ਪਰੇਸ਼ਾਨ ਹੋ ਹੀ ਰਹੀ ਹੈ ਪਬਲਿਕ ਤਾਂ ਪਰੇਸ਼ਾਨ ਹੋ ਰਹੀ ਹੈ ਇਹਦੇ ਨਾਲ ਜਿਹੜੇ ਧਰਨੇ 'ਤੇ ਵੀ ਬੈਠੇ ਲੋਕ ਨੇ ਹੁਣ ਦੇਖੋ ਲੂ ਚੱਲਦੀ ਹੈ ਫਿਰ ਕਦੇ ਠੰਡ ਪੈਣ ਲੱਗ ਜਾਣੀ ਹੈ ਕਦੇ ਬਰਸਾਤ ਪੈਣ ਲੱਗ ਜਾਣੀ ਹੈ ਔਰ ਕੋਈ ਨਾ ਕੋਈ ਮਿਸਨੈਪ ਹੈਪਨਿੰਗ ਹੋ ਜਾਂਦੀ ਹੈ ਉੱਥੇ ਧਰਨੇ 'ਤੇ ਕੋਈ ਬੈਠਾ ਹੈ ਕੋਈ ਜ਼ਿਆਦਾ ਬਜ਼ੁਰਗ ਹੈ ਉਹ ਵਿਚਾਰਾ ਦੁਨੀਆ ਛੱਡ ਕੇ ਚਲਾ ਜਾਂਦਾ ਪਿੱਛੇ ਨੌਜਵਾਨ ਦੀ ਡੈਥ ਹੋ ਗਈ ਹੈ ਸੋ ਮੈਂ ਸਮਝਦਾ ਕਿ ਜਿਨ੍ਹਾਂ ਘਰਾਂ ਦੇ ਵਿੱਚੋਂ ਇਹ ਇੱਦਾਂ ਦੇ ਹਾਦਸੇ ਹੁੰਦੇ ਨੇ ਉਹਨਾਂ ਪਰਿਵਾਰਾਂ ਨੂੰ ਜਾ ਕੇ ਪੁੱਛੋ ਵੀ ਕੀ ਬੀਤਦੀ ਹੈ ਕੋਈ ਕਿਸੇ ਵੀ ਸਰਕਾਰ ਨੂੰ ਖਾਸ ਕਰਕੇ ਮੋਦੀ ਜੀ ਦੀ ਸਰਕਾਰ ਨੂੰ NDA ਦੀ ਸਰਕਾਰ ਨੂੰ
ਕਿਸਾਨਾਂ ਦੇ ਹਿੱਤ ਦੀ ਸਰਕਾਰ ਹੈ ਉਹ, ਔਰ ਬੜਾ ਕੁਛ ਕਿਸਾਨਾਂ ਦੇ ਵਾਸਤੇ ਕਰਨਾ ਵੀ ਚਾਹੁੰਦੇ ਆ, ਪਰ ਅਸੀਂ ਕੋਈ ਅੱਛਾ ਮਸੌਦਾ 4-5 ਬੰਦਿਆਂ ਦੀ ਕਮੇਟੀ ਪੰਜਾਬ ਦੀ ਬਣਾਈਏ, ਸਾਡੀ ਲੀਡਰਸ਼ਿਪ ਨਾਲ ਬੈਠੀਏ। ਬਿੱਟੂ ਜੀ ਹੁਣ ਸਿੱਧਾ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਸਰਕਾਰ ਦੇ ਅੰਦਰ, ਭਾਜਪਾ ਦੀ ਪੰਜਾਬ ਦੀ ਲੀਡਰਸ਼ਿਪ ਹੈ, 2-4 ਬੰਦਿਆਂ ਦੀ ਇੱਥੋਂ ਕਮੇਟੀ ਬਣ ਸਕਦੀ ਹੈ, ਅਸੀਂ ਬੈਠ ਕੇ ਕੋਈ ਅੱਛਾ ਹੱਲ ਕੱਢੀਏ। ਪੰਜਾਬ ਜਿਹੜਾ ਹੈਗਾ ਉਹ ਫਸਲੀ ਚੱਕਰ ਦੇ ਵਿੱਚ ਫਸਿਆ ਹੋਇਆ, ਫਸਲੀ ਚੱਕਰ ਤੋਂ ਬਾਹਰ ਕੱਢੀਏ ਪੰਜਾਬ ਨੂੰ, ਦੂਜੀਆਂ ਫਸਲਾਂ ਵੱਲ ਜਾਈਏ, ਔਰ ਉੱਥੇ ਉਹਨਾਂ ਦੀ MSP ਦੀ ਗੱਲ ਕਰੀਏ। ਉਹਦੇ ਵਿੱਚ ਜਿਹੜੀਆਂ 4-5 ਫਸਲਾਂ 'ਤੇ MSP ਦੇਣ ਨੂੰ ਤਿਆਰ ਹੈ ਸਰਕਾਰ ਕੇਂਦਰ ਦੀ, ਉਹ MSP ਲੈ ਕੇ ਉੱਧਰ ਕਿਸਾਨ ਨੂੰ ਉੱਧਰ ਵੱਲ ਨੂੰ ਮੋੜੀਏ। ਸੋ ਇਹ ਸਭ ਕੰਮ ਕਰਨ ਵਾਲੇ ਹੈ। ਪੰਜਾਬ ਦਾ ਪਾਣੀ ਕਿੱਦਾਂ ਬਚਾ ਸਕਦੇ ਹਾਂ ਉਹਦੇ 'ਤੇ ਵਿਚਾਰ ਕਰੀਏ। ਅੱਜ ਤੁਸੀਂ ਦੇਖੋ, ਅਸੀਂ ਝੋਨਾ ਲਾ ਕੇ ਪਾਣੀ ਅਸੀਂ 600 ਫੁੱਟ 'ਤੇ ਪਹੁੰਚਾ ਦਿੱਤਾ, ਅਤੇ ਸਾਡਾ ਅਸੀਂ ਰਹਿਣਾ ਕਿੱਦਾਂ ਪੰਜਾਬ 'ਚ? ਜ਼ਮੀਨ ਸਾਡੀ ਅਸੀਂ ਖਾਦਾਂ ਅਤੇ ਕੈਮੀਕਲ ਪਾ ਕੇ ਅਸੀਂ ਬੰਜਰ ਕਰ ਲਈ, ਅਤੇ ਅਸੀਂ ਕੀ ਕੱਢਣਾ ਪੰਜਾਬ 'ਚੋਂ? ਜਿਹੜਾ ਪੰਜਾਬ ਪੂਰੀ ਦੁਨੀਆ ਦੇ ਅੰਦਰ, ਪੂਰੇ ਦੇਸ਼ ਦੇ ਅੰਦਰ ਨੰਬਰ 1 ਸੂਬਾ ਹੁੰਦਾ ਸੀ, ਉਹਨੂੰ ਅਸੀਂ 24-25-26 ਨੰਬਰ 'ਤੇ ਲੈ ਗਏ, ਥੱਲੜੇ ਤੋਂ ਦੂਜੀ ਤੀਜੀ ਗਿਣਤੀ ਆ ਗਈ ਸਾਡੀ। ਸੋ ਇਹ ਸਭ ਵਿਚਾਰਾਂ ਕਰਨ ਦੀ ਲੋੜ ਹੈ। ਮੈਂ ਕਿਸਾਨ ਭਰਾਵਾਂ ਨੂੰ, ਖਾਸ ਕਰਕੇ ਕਿਸਾਨ ਲੀਡਰਾਂ ਨੂੰ ਵੀ ਇਹ ਗੱਲ ਕਹਾਂਗਾ ਕਿ ਭਾਈ ਆਓ ਪੰਜਾਬ ਦੇ ਭਲੇ ਦੀ ਗੱਲ ਕਰੀਏ, ਬੈਠ ਕੇ ਕੋਈ ਅੱਛੇ ਮਸੌਦੇ ਦੀ ਗੱਲ ਕਰੀਏ। ਅੱਜ ਛੋਟੀ ਛੋਟੀ ਗੱਲ ਪਿੱਛੇ ਅਸੀਂ ਧਰਨਾ ਲਗਾ ਕੇ, ਆ ਨਹੀਂ ਹੋਇਆ, ਉਹ ਨਹੀਂ ਹੋਇਆ, ਹੱਲ ਨਹੀਂ, ਬਿਲਕੁਲ ਹੱਲ ਨਹੀਂ। ਮੈਂ ਸਾਫ਼ ਗੱਲ ਕਰ, ਬੈਠ ਕੇ ਹੱਲ ਹੋ ਸਕਦਾ, ਔਰ ਫਿਰ ਕਦੇ ਅਸੀਂ ਉਹਨੂੰ ਕਿਸੇ ਚੀਜ਼ ਨਾਲ ਜੋੜ ਲੈਂਦੇ ਹਾਂ, ਕਦੇ ਧਰਮ ਨਾਲ ਜੋੜ ਦਿੰਦੇ ਹਾਂ, ਕਦੇ ਕਿਸੇ ਚੀਜ਼ ਨਾਲ ਜੋੜ ਦਿੰਦੇ ਹਾਂ। ਉਹ ਇਹ ਚੀਜ਼ਾਂ ਜਿਹੜੀਆਂ ਹੈ ਕਿਸਾਨੀ ਨੂੰ ਬਦਨਾਮ ਕਰ ਰਹੀਆਂ, ਔਰ ਖਾਸ ਕਰਕੇ ਪੰਜਾਬ ਨੂੰ ਬਦਨਾਮ ਕਰ ਰਹੀਆਂ ਹੈ। ਲਾਸਟ ਸਵਾਲ, ਜੰਮੂ ਕਸ਼ਮੀਰ 'ਤੇ ਤੀਸਰਾ ਅਟੈਕ ਹੋਇਆ ਆਤੰਕੀਆਂ ਦਾ, ਹੁਣ ਆਪੋਜੀਸ਼ਨ ਵੀ ਦੀ, ਆਮ ਲੋਕਾਂ ਦੀ ਵੀ ਮੰਗ ਹੋ ਗਈ ਕਿ ਜਿਵੇਂ ਪਹਿਲੇ ਮੋਦੀ ਨੇ ਸਰਜੀਕਲ ਸਟ੍ਰਾਈਕ ਕੀਤਾ ਸੀ, ਹੁਣ ਫਿਰ ਲੋੜ ਹੈ ਇਹਦੀ, ਕੀ ਕਹੋਗੇ? ਨਹੀਂ, ਵਿਰੋਧੀ ਧਿਰ ਤਾਂ ਕਦੇ ਸਰਜੀਕਲ ਸਟ੍ਰਾਈਕ ਨੂੰ ਮੰਨਦਾ ਹੀ ਨਹੀਂ ਸੀਗਾ, ਪਰ ਇਸ ਮੋਦੀ ਜੀ ਦੀ ਸਰਕਾਰ ਨੇ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਹਰਕਤ, ਖਾਸ ਕਰਕੇ ਕਸ਼ਮੀਰ ਦੇ ਅੰਦਰ ਉਗਰਵਾਦੀਆਂ ਨੇ ਕੀਤੀ, ਆਤੰਕਵਾਦੀਆਂ ਨੇ ਕੀਤੀ, ਅਤੇ ਮੋਦੀ ਜੀ ਨੇ ਮੂੰਹ ਤੋੜ ਜਵਾਬ ਦਿੱਤਾ ਉਹਦਾ, ਔਰ ਬੜੇ ਲੰਬੇ ਸਮੇਂ ਤੋਂ ਮੈਂ ਸਮਝਦਾ ਕਿ ਉੱਥੇ ਇੱਦਾਂ ਦੀਆਂ ਘਟਨਾਵਾਂ 'ਤੇ ਵਿਰਾਮ ਲੱਗਿਆ ਹੋਇਆ ਸੀਗਾ। ਹੁਣ ਅਗਰ ਇਹ ਬੜੇ ਲੰਬੇ ਸਮੇਂ ਬਾਅਦ ਇੱਦਾਂ ਦੀ ਘਟਨਾ ਸਾਹਮਣੇ ਆਈ ਹੈ, ਔਰ ਮੈਂ ਸਮਝਦਾ ਕਿ 100% ਕੇਂਦਰ ਦੀ ਸਰਕਾਰ, ਮੋਦੀ ਜੀ ਦੀ ਸਰਕਾਰ ਇਹਦਾ ਜਵਾਬ ਦੇਵੇਗੀ, ਔਰ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਦਾ, ਉਹਨਾਂ ਦੀ ਖੈਰ ਨਹੀਂ ਹੈਗੀ, ਇਸ ਗੱਲ ਦੀ ਗਰੰਟੀ ਹੈਗੀ ਹੈ ਸਰਕਾਰ ਦੀ। ਬਿਲਕੁਲ, ਇਹ ਤੇ ਭਾਜਪਾ ਕੇ ਸੀਨੀਅਰ ਨੇਤਾ ਸੀਵੰਤ ਗੁਪਤਾ ਜੀ, ਕਈ ਅਹਿਮ ਸਵਾਲ ਨੂੰ ਬੜਾ ਖੁੱਲ੍ਹ ਕੇ ਜਵਾਬ ਦਿਆ। ਨੀਲ ਕਮਲ ਮੋਲੂਕ ਸਾਹਿਬ, ਸੰਜੀਵ ਰਾਜਪੂਤ, ਦਾ ਸੰਭਾ ਨਿਊਜ਼, ਲੁਧਿਆਣਾ।